ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਟੈਨ ਪੁੱਛ ਤੁਹਾਡਾ ਸਵਾਗਤ ਹੈ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਹੈਡ ਕਾਂਸਟੇਬਲ ਦੀ ਭਰਤੀ ਹੋਣੀ ਹੈ ਬਿਲਕੁਲ ਉਸ ਦਾ ਅਫੀਸ਼ੀਅਲ ਨੋਟੀਫਿਕੇਸ਼ਨ ਆ ਚੁੱਕਾ ਹੈ ਪੂਰੀ ਵੀਡੀਓ ਧਿਆਨ ਨਾਲ ਸੁਣੋ ਕੱਲੀ ਕੱਲੀ ਡਿਟੇਲ ਵਿੱਚ ਤੁਹਾਨੂੰ ਗੱਲ ਦੱਸਾਂਗਾ ਜਿਵੇਂ ਆਪਾਂ ਨੇ ਪਹਿਲਾਂ ਹੀ ਤੁਹਾਨੂੰ ਦੱਸਿਆ ਸੀ ਸਾਰਾ ਆਪਣੇ ਬਿਲਕੁਲ ਕਿਹਾ ਸੱਚ ਹੋਇਆ ਹੈ ਉਸੇ ਤਰ੍ਹਾਂ ਹੀ ਭਰਤੀ ਵਿੱਚ ਸਾਰਾ ਕੁਸ਼ ਕੁਆਲਿਫਿਕੇਸ਼ਨ ਵਗੈਰਾ ਰੱਖੀ ਗਈ ਹੈ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀਗਾ ਠੀਕ ਹੈ ਪੂਰੀ ਵੀਡੀਓ ਟੈਨਲ ਦੇਖੋ ਤਾਂ ਕਿ ਤੁਸੀਂ ਚੰਗੀ ਤਰ੍ਹਾਂ ਇਸ ਵਿੱਚ ਜਿਹੜਾ ਪਾਰਟਿਸਿਪੇਟ ਕਰ ਸਕੋ ਜਿਹੜੇ ਸਟੂਡ ਪਾਬਕੇ ਜੇਕਰ ਤੁਸੀਂ ਸਬ ਇਨਸਪੈਕਟਰ ਬਣਨ ਤੋਂ ਮੰਨ ਲਓ ਰਹਿ ਜਾਂਦੇ ਕਿਉਂਕਿ ਇਸ ਵਿੱਚ ਕੰਪੀਟੀਸ਼ਨ ਬਹੁਤ ਜ਼ਿਆਦਾ ਹੋਈ ਹੋਵੇਗਾ ਪਰੰਤੂ ਐਚਸੀ ਵਿੱਚ ਕੰਪੀਟੀਸ਼ਨ ਇੰਨਾ ਜ਼ਿਆਦਾ ਨਹੀਂ ਹੋਵੇਗਾ ਤੁਸੀਂ ਐਚਸੀ ਬਣ ਕੇ ਉਸ ਤੋਂ ਬਾਅਦ ਜਲਦੀ ਹੀ ਤੁਸੀਂ ਏਐਸਆਈ ਪ੍ਰਮੋਟ ਹੋ ਜਾਵੋਗੇ ਇਸ ਕਰਕੇ ਬਹੁਤ ਜ਼ਿਆਦਾ ਨਾਮੋਸ਼ੀ ਵਾਲੀ ਗੱਲ ਨਹੀਂ ਇਹ ਬਹੁਤ ਵਧੀਆ ਇਹ ਵੀ ਪੋਸਟ ਹੈ ਇਸ ਕਰਕੇ ਜਿਹੜੇ ਸਬ ਇਨਸਪੈਕਟਰ ਅਪਲਾਈ ਕਰ ਰਹੇ ਆ ਸਾਰੇ ਹੀ ਇਹ ਐਚਸੀ ਦੀ ਪੋਸਟ ਹੈ ਜਿਹੜੀ ਉਹ ਵੀ ਅਪਲਾਈ ਕਰੋ ਕਿਉਂਕਿ ਗ੍ਰੈਜੂਏਸ਼ਨ ਹੀ ਹੈ ਸਿੰਪਲ ਠੀਕ ਹੈ ਸਭ ਤੋਂ ਪਹਿਲਾਂ ਬਹੁਤ ਜ਼ਰੂਰੀ ਗੱਲ ਜਿਹੜਾ ਤੁਹਾਡਾ ਇਗਜ਼ਾਮ ਹੈ 11 ਤੋਂ 20 ਸਤੰਬਰ ਤੱਕ ਹੋ ਜਾਣਾ ਕਿਉਂਕਿ TCS ਸੇਮ ਡੇਟਾ ਵਿੱਚ ਇਗਜ਼ਾਮ ਲੈ ਲੈਂਦੀ ਹੈ ਜਦੋਂ ਦੱਸਦੀ ਹੈ ਇਸ ਕਰਕੇ ਬਿਲਕੁਲ ਸ਼ੋਰਟ ਹੀ ਹੈ ਕਿ 11 ਤੋਂ ਲੈ ਕੇ 20 ਤੱਕ ਜਿਹੜਾ ਤੁਹਾਡਾ ਇਗਜ਼ਾਮ ਹੈ 100% ਕਨਫਰਮ ਹੈ ਕਿ ਇਹਨਾਂ ਸਤੰਬਰ ਦੇ 11 ਤੋਂ ਲੈ ਕੇ 20 ਤੱਕ ਤੁਹਾਡਾ ਇਗਜ਼ਾਮ ਜਿਹੜਾ 100% ਕਨਫਰਮ ਹੈ ਕਿ ਹੋ ਜਾਵੇਗਾ ਠੀਕ ਹੈ ਇਸ ਲਈ ਆਪਣਾ ਚੰਗੀ ਤਰ੍ਹਾਂ ਧਿਆਨ ਨਾਲ ਇਹਨੇ ਕਿਹਾ ਕਿ 2 ਪੇਪਰ ਹੋਣਗੇ 2-2 ਘੰਟੇ ਦੇ ਹਰੇਕ ਜਿਵੇਂ ਕਿ ਸਬ ਇੰਸਪੈਕਟਰ ਦਾ ਪੈਟਰਨ ਸੇਮ ਪੈਟਰਨ ਹੋਣ ਵਾਲਾ ਤਾਂ ਹੀ ਮੈਂ ਤੁਹਾਨੂੰ ਕਿਹਾ 100 ਮਲਟੀਪਲ ਚੁਆਇਸ ਕੁਸਚਨ ਹੋਣਗੇ ਠੀਕ ਹੈ 25% ਮਾਰਕਸ ਇਸ ਵਿੱਚ ਉਹੀ ਜਿਵੇਂ ਹੁੰਦਾ ਹੈ ਕਿ ਕੱਟੇ ਜਾਣਗੇ ਜੇ ਗਲਤ ਹੁੰਦਾ ਹੈ ਠੀਕ ਹੈ ਕੋਈ ਕੁਐਸਚਨ ਅੱਗੇ ਹਫਤਵੋ ਬਹੁਤ ਜ਼ਰੂਰੀ ਕਾ 787 ਪੋਸਟਾਂ ਬਹੁਤ ਜ਼ਿਆਦਾ ਹੋਣੀਆਂ 787 ਪੋਸਟਾਂ ਜੇਕਰ ਤੁਸੀਂ ਸਰਵ ਇਨਸਪੈਕਟਰ ਦੇਖੋ ਉੱਥੇ 560 ਪੋਸਟਾਂ ਸੀ ਟੋਟਲ ਇੱਥੇ 787 787 ਪੋਸਟਾਂ ਬਹੁਤ ਜ਼ਿਆਦਾ ਹੋਣੀਆਂ ਇਸ ਲਈ ਸਾਰੇ ਜਿਹਦੇ ਵਿੱਚ ਅਪਲਾਈ ਕਰਿਓ ਜਿਹੜੇ ਜਿਹੜੇ ਐਲੀਜੀਬਲ ਹਨ ਸਭ ਤੋਂ ਅੱਗੇ ਬਹੁਤ ਜ਼ਰੂਰੀ ਗੱਲ ਜਿਹੜੀ ਤੁਹਾਨੂੰ ਪਤਾ ਹੀ ਹੈ 21 ਤੋਂ ਲੈ ਕੇ 28 ਸਾਲ ਤੱਕ ਜਿਹੜੀ ਬਹੁਤ ਵਧੀਆ ਹੈ ਇਹ 21 ਤੋਂ ਲੈ ਕੇ 28 ਸਾਲ ਤੱਕ ਤੁਸੀਂ ਇਸ ਵਿੱਚ ਅਪਲਾਈ ਕਰ ਸਕਦੇ ਹੋ ਠੀਕ ਹੈ ਐਸ ਸੀ ਐਸਟੀ ਪੰਜ ਸਾਲ ਅੱਗੇ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਛੂਟ ਮਿਲਦੀ ਹੈ ਗਵਰ ਜੋ ਜਰੂਰੀ ਗੱਲ ਕੀ ਕੁਆਲਿਫੀਕੇਸ਼ਨ ਹੈ ਕੁਆਲਿਫੀਕੇਸ਼ਨ ਗ੍ਰੈਜੂਏਸ਼ਨ ਬੀਏ ਬੀਕੋਮ ਬੀਵੀਏ ਬੀਸੀਏ ਬੀਐਸਸੀ ਸਾਰੇ ਇਥੇ ਮਤਲਬ ਐਲੀਜੀਬਲ ਹੋਣਗੇ ਜਿੰਨੇ ਵੀ ਗ੍ਰੈਜੂਏਸ਼ਨ ਵਾਲੇ ਹਨ ਕੋਈ ਐਕਸਟਰਾ ਕੰਪਿਊਟਰ ਦੀ ਲੋੜ ਨਹੀਂ ਹੈ ਪੇਪਰ ਦਾ ਪੈਟਰਨ ਪੇਪਰ ਦਾ ਪੈਟਰਨ ਬਿਲਕੁਲ ਸੇਮ ਹੈ ਜਿਵੇਂ ਸਬ ਇੰਸਪੈਕਟਰ ਦਾ ਸੀ ਜਨਰਲ ਅਵੇਅਰਨਸ ਕੁਆਂਟ ਠੀਕ ਹੈ ਪੰਜਾਬੀ ਪਹਿਲੇ ਪੇਪਰ ਵਿੱਚ ਤਿੰਨ ਹਨ ਇਹ ਅਗਲੇ ਪੇਪਰ ਵਿੱਚ ਕੀ ਹੈ ਤੁਹਾਡਾ ਅਗਲੇ ਪੇਪਰ ਵਿੱਚ ਦੇਖ ਲਓ ਤੁਸੀਂ ਲੌਜੀਕਲ ਰੀਜਨਿੰਗ ਡਿਜੀਟਲ ਕੰਪਿਊਟਰ ਮਤਲਬ ਕਿ ਇੰਗਲਿਸ਼ ਜ਼ਿੰਮੇਦਾਰ ਤੁਹਾਡਾ ਸਿਰ ਉਹਦਾ ਪੇਪਰ ਸੀਗਾ ਆਪਣਾ ਸਰਵਿਸ ਇੰਸਪੈਕਟਰ ਦਾ ਸੇਮ ਪੇਪਰ ਪੈਟਰਨ ਇੱਥੇ ਰਹਿਣ ਵਾਲਾ ਹੈ ਠੀਕ ਹੈ ਫਿਜ਼ੀਕਲ ਵੀ ਸੇਮ ਰਹਿਣ ਵਾਲਾ ਹੈ ਮੁੰਡਿਆਂ ਲਈ ਹਾਈਟ ਹੋਵੇਗੀ 5 ਫੁੱਟ 5 ਇੰਚ ਕੁੜੀਆਂ ਲਈ ਹਾਈਟ ਹੋਵੇਗੀ 5 ਫੁੱਟ 1 ਇੰਚ 800 ਮੀਟਰ ਦੌੜ ਮੁੰਡਿਆਂ ਲਈ ਹੋਵੇਗੀ 4 ਮਿੰਟ ਵਿੱਚ ਲੌਂਗ ਜੰਪ ਹੋਵੇਗਾ ਮੁੰਡਿਆਂ ਦੇ ਲਈ 2.75 ਮੀਟਰ ਤਿੰਨ ਚਾਂਸ ਹਾਈ ਜੰਪ ਹੋਵੇਗਾ 0.90 ਮੀਟਰ ਤਿੰਨ ਚਾਂਸ ਕੁੜੀਆਂ ਦੇ ਲਈ ਹੋਵੇਗਾ ਇੱਥੇ 400 ਮੀਟਰ ਦੀ ਦੌੜ 2 ਮਿੰਟ ਵਿੱਚ ਪੂਰੀ ਕਰਨੀ ਹੋਵੇਗੀ ਲੌਂਗ ਜੰਪ ਹੋਵੇਗਾ 1.80 ਮੀਟਰ ਹਾਈ ਜੰਪ ਹੋਵੇਗਾ 0.75 ਮੀਟਰ ਬਹੁਤ ਵਧੀਆ ਹੈ ਸਾਰੇ ਇਸ ਵਿੱਚ ਅਪਲਾਈ ਕਰ ਸਕਦੇ ਹਨ ਬਹੁਤ ਵਧੀਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਸਾਰਾ ਕੁਝ ਦੱਸ ਦਿੱਤਾ ਸੀ ਇਸ ਬਾਰੇ ਕਿ जिम्मेदार पैटर्न सर्विस इंस्पेक्टर ਦਾ ਰਹਿਣ ਵਾਲਾ ਉਸੇ ਤਰ੍ਹਾਂ ਦਾ ਹੀ ਪੈਟਰਨ ਇਸ ਦਾ ਰਹਿਣ ਵਾਲਾ ਇਸ ਲਈ ਸਾਰੇ ਅਪਲਾਈ ਕਰਿਓ ਬਹੁਤ ਜਲਦੀ ਇਸ ਦਾ ਜਿਹੜਾ ਫਾਰਮ ਅਪਲਾਈ ਹੋਣ ਦੀ ਡੇਟ ਸ਼ੁਰੂ ਹੋਣ ਵਾਲੀ ਹੈ ਠੀਕ ਹੈ ਜਦੋਂ ਵੀ ਫਾਰਮ ਅਪਲਾਈ ਹੋਣ ਦੀ ਡੇਟ ਸ਼ੁਰੂ ਹੋਪੇਗੀ ਮੈਂ ਨਾਲ ਦੀ ਨਾਲ ਤੁਹਾਨੂੰ ਦੱਸ ਦਵਾਂ ਕਿ ਅੱਜ ਫਾਰਮ ਦੀ ਡੇਟ ਮਤਲਬ ਸ਼ੁਰੂ ਹੋ ਚੁੱਕੀ ਹੈ ਤੁਸੀਂ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਤੋਂ ਇਲਾਵਾ ਅਸੀਂ ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਉੱਤੇ ਲੇਟੈਸਟ ਅਪਡੇਟ ਪਾਉਂਦੇ ਰਹਿੰਦੇ ਹਾਂ ਜਿਨ੍ਹਾਂ ਦੀ ਵੀਡੀਓ ਨਹੀਂ ਬਣਾ ਪਾਉਂਦੇ ਇਸ ਕਰਕੇ ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਨੂੰ ਜਰੂਰ ਜੁਆਇਨ ਕਰ ਲਿਓ ਟੈਲੀਗ੍ਰ कांस्टेबल दी तैयारी ਲਈ ਤੁਹਾਡੇ ਵੀਡੀਓ ਬਣਾਈਆਂ ਹਨ ਉਹ ਸੇਮ ਇਸ ਪੇਪਰ ਵਿੱਚ ਵੀ ਤੁਹਾਡੇ ਲਈ ਮਤਲਬ ਕਿ ਲਾਹੇਵੰਦ ਸਿੱਧ ਹੋਣਗੇ ਇਸ ਕਰਕੇ ਜਿਹੜੇ ਕਾਂਸਟੇਬਲ ਦੀ ਤਿਆਰੀ ਕਰ ਰਹੇ ਆ ਉਹਨੂੰ ਸਾਡੀ ਕਾਂਸਟੇਬਲ ਦੀ ਜਿਹੜਾ ਕੋਰਸ ਸ਼ੁਰੂ ਕੀਤਾ ਹੋਇਆ ਹੈ ਫ੍ਰੀ ਉਸ ਵਿੱਚ ਪੰਜਾਬ ਜੀਕੇ ਦਾ ਸਾਰਾ ਸਟੱਡੀ ਮਟੀਰੀਅਲ ਤੁਹਾਨੂੰ ਪਾਇਆ ਹੋਇਆ ਹੈ ਮੈਂ 100% ਕਹਿ ਸਕਦਾ ਕਿ ਉਹਨਾਂ ਵਿੱਚੋਂ ਕਾਫੀ ਕੁਐਸਚਨ ਤੁਹਾਡੇ ਇਗਜ਼ਾਮ ਵਿੱਚ ਦੇਖਣ ਨੂੰ ਮਿਲਣਗੇ ਇਸ ਲਈ ਪਲੇਲਿਸਟ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਊਗਾ ਇਸ ਲਈ ਪਲੇਲਿਸਟ ਜੂਰ ਦੇਖ ਲਿਓ ਇਸ ਤੋਂ ਇਲਾਵਾ ਮਤਲਬ ਕਿ ਉਸ ਪਲੇਲਿਸਟ 8 10 12 ਵੀਡੀਓ ਹੋਣਗੇ ਟੋਟਲ ਤੁਹਾਡੇ 200 ਅਪਡੇਟ ਤੁਹਾਡੇ ਲਈ ਅਸੀਂ ਸਮੇਂ-ਸਮੇਂ ਤੇ ਲਿਆਉਂਦੇ ਰਹਾਂਗੇ ਅਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜਰੂਰ ਦਬਾ ਲਿਓ ਅੱਜ ਦੀ ਵੀਡੀਓ ਚੰਗੀ ਧੰਨਵਾਦ